ਪਿੰਡ 'ਚ ਕੋਈ ਬੰਦਾ ਨਹੀਂ ਸੀ, ਆਪਣਾ ਮਾਲ ਛੱਡਿਆ ਕੋਈ ਪੱਠੇ ਲੈਣ ਚਲੇ ਗਿਆ ਤੇ ਕੋਈ ਮਾਲ ਛੱਡ ਕੇ ਜੰਗਲ 'ਚ ਚਲੇ ਗਿਆ। ਜਿਸ ਵੇਲੇ ਹੋਇਆ ਨੇ 3:30 ਦਾ ਟਾਈਮ, ਫਿਰ ਸਾਡੇ ਪਿੰਡ 'ਚ ਹਮਲਾ ਹੋਇਆ। ਸਾਨੂੰ ਪਿੰਡ 'ਚ ਕੋਈ ਕੁਛ ਪਤਾ ਨਹੀਂ ਸੀ। ਮੂਸਿਆ ਤਾਰ 'ਚ ਹੋਇਆ ਤੇ 4 ਸ਼ਿਵਰੇ ਹੋਇਆ ਤੇ ਉੱਤੇ ਜਹਾਜ਼ ਸੀ। ਉਹਨਾਂ ਨੇ ਆਉਂਦਿਆਂ ਨੇ ਪਹਿਲਾਂ ਸਾਡੇ ਪਿੰਡ ਦੇ ਵਿੱਚ ਅੱਗ ਲਾਈ, ਨਾਲ ਹਮਲਾ ਕੀਤਾ ਜਿਹਦੇ ਵਿੱਚ 75 ਬੰਦੇ, 61, 62, 63 4-5 ਸਫੈਦ ਪੋਸ਼ਾਂ ਦੇ ਪਿੰਡ ਸੀ, 63 ਤੱਕ, ਜਿਹਦੇ ਵਿੱਚ 61 ਵੀ ਸਾਲਮ ਸਿੱਖਾਂ ਦਾ ਸੀ, ਜਿਹੜਾ 62 ਸੀ ਇਹ ਵੀ ਸਾਲਮ ਸਿੱਖਾਂ ਦਾ ਸੀ, ਇੱਥੇ ਇੱਕ ਕਮੀ ਸਨ 2 ਘਰ ਮੁਸਲਮਾਨਾਂ ਦੇ। 63 ਜਿਹੜਾ ਸੀ ਉਹ ਅੱਧਾ ਮੁਸਲਮਾਨਾਂ ਦਾ ਸੀ, ਲੋਕਾਂ ਦਾ ਅੱਧਾ ਜਿਹੜਾ ਸੀ ਉਹ ਹਿੰਦੂਆਂ ਦਾ ਸੀ। ਉਸ ਤੋਂ ਅੱਗੇ 64 ਆ ਜਾਂਦਾ, 64 ਜਿਹੜਾ ਉਹ ਸਾਰਾ ਹੀ ਲੋਕਲ ਜੱਟਾਂ ਦਾ ਮੁਸਲਮਾਨਾਂ ਦਾ ਸੀ। ਅੱਗੇ ਗੋਜਰਾ ਜਿਹੜਾ ਕੱਚਾ ਗੋਜਰਾ 365 ਹੈ, ਉਹਦੇ 'ਚ ਵੀ ਤਕਰੀਬਨ ਜ਼ਿਆਦਾ ਜਿਹੜੇ ਸੀ ਨਾ ਉਹ ਗੈਰ ਮੁਸਲਿਮ ਸਨ, ਚੰਦ ਘਰ ਜਿਹੜੇ ਸੀ ਉਹ ਮੁਸਲਮਾਨਾਂ ਦੇ ਸੀ। ਗੁਲਾਮ ਹੁਸੈਨ, ਗੁਲਾਮ ਹੁਸੈਨ ਕਿੰਨੀ ਉਮਰ ਹੋ ਗਈ ਹੈ? 90 ਸਾਲ। 90 ਸਾਲ ਜੀ। ਅੱਛਾ, ਜਦੋਂ ਉਧਰੋਂ ਆਏ ਸੀ ਇੰਡੀਆ 'ਚੋਂ? ਇੰਡੀਆ 'ਚੋਂ ਜੀ। ਕਿਹੜੇ ਜ਼ਿਲ੍ਹੇ ਤੋਂ? ਜ਼ਿਲ੍ਹਾ ਹੁਸ਼ਿਆਰਪੁਰ ਜੀ। ਪਿੰਡ? ਮਸਤੀਵਾਲ। ਮਸਤੀਵਾਲ, ਤਹਿਸੀਲ? ਤਹਿਸੀਲ ਹੁਸ਼ਿਆਰਪੁਰ। ਤਹਿਸੀਲ ਹੁਸ਼ਿਆਰਪੁਰ ਜੀ। ਅੱਛਾ, ਕਿੰਨੀ ਉਮਰ ਸੀ ਜਦੋਂ ਉਧਰੋਂ ਆਏ? ਉਦੋਂ ਦੀ ਤਕਰੀਬਨ 14 ਸਾਲ। 14 ਸਾਲ ਜੀ। ਇੱਥੇ ਕਿਹੜੇ ਚੱਕ ਦੇ ਅੰਦਰ ਆ ਗਏ? 362 ਜੀ। 362 ਜੀਂਬੇ ਕੋਰੀਆਂ। ਜੀਂਬੇ ਕੋਰੀਆਂ, ਤਹਿਸੀਲ ਗੋਜਰਾ। ਤਹਿਸੀਲ ਗੋਜਰਾ, ਜ਼ਿਲ੍ਹਾ ਟੋਬਾ। ਅੱਛਾ, ਪਿੱਛੇ ਜਿਹੜਾ ਮਸਤੀਵਾਲ ਜੀ, ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਹਮਲਾ ਜਿਹੜਾ ਮਸਤੀਵਾਲ ਦੇ ਵਿੱਚ ਹੋਇਆ, ਹੁਸ਼ਿਆਰਪੁਰ ਦੇ ਸਿੱਖਾਂ ਨੇ ਕੀਤਾ। ਅੱਛਾ, ਸਭ ਪੰਜਾਬ ਪੂਰੇ ਦੇ ਸਭ ਤੋਂ ਪਹਿਲਾ ਜਿਹਦੇ ਵਿੱਚ ਮਸਤੀਵਾਲ ਦੇ ਵਿੱਚ ਇੱਕ ਲੜਕਾ ਸੀਰ ਸ਼ਾਹ ਉਹ ਸ਼ਹੀਦ ਹੋਇਆ। ਅੱਛਾ, ਤੇ ਤਕਰੀਬਨ 100 ਦੇ ਗ੍ਰੇਡ ਸਿੱਖ ਉਹ ਮਾਰਿਆ ਗਿਆ। ਕਿੰਨੀ ਆਬਾਦੀ ਸੀ ਤੁਹਾਡੇ ਪਿੰਡ ਉਧਰ? ਸਾਡੇ ਆਬਾਦੀ ਇਸੇ ਤਕਰੀਬਨ ਆਬਾਦੀ ਸਾਡੀ ਸੀਗੀ 900 ਘਰ ਸੀ, ਉਸ ਇਲਾਕੇ ਤੋਂ ਸਭ ਤੋਂ ਵੱਡਾ ਪਿੰਡ ਸੀ। ਅੱਛਾ, ਜ਼ਿਆਦਾ ਕਿਹੜੇ ਮੁਸਲਮਾਨ ਸੀ, ਸਿੱਖ ਸੀ ਉੱਥੇ? ਨਹੀਂ, ਉਹ ਸਾਡਾ ਚੱਕ ਜਿਹੜਾ ਸੀ ਉਹ ਇੱਕ ਕੌਮ ਸੀ, ਇੱਕ ਬਾਬੇ ਦੀ ਔਲਾਦ ਸੀ ਸਾਰੇ। ਅੱਛਾ, ਸਾਰੇ। ਅੱਛਾ, ਉਹਦੇ ਵਿੱਚ 2 ਘਰ ਸੀ ਹਿੰਦੂਆਂ ਦੇ, ਜਿਹੜੇ ਦੁਕਾਨਾਂ ਸੀ। ਅੱਛਾ, ਬਾਕੀ 2 ਘਰ ਸੀ ਲੋਹਾਰਾਂ ਦੇ। ਅੱਛਾ, ਬਾਕੀ ਟੋਟਲ ਪਿੰਡ ਜਿਹੜਾ ਸੀ ਨਾ ਉਹ ਇੱਕ ਬਾਬੇ ਦੀ ਔਲਾਦ ਸੀ, ਗੁੱਜਰ ਬਾਜ਼ਾਰ। ਆਸੇ ਪਾਸੇ ਕਿਹੜੇ ਪਿੰਡ ਸੀ ਕੋਈ ਯਾਦ? ਪਿੰਡਾਂ ਸੁਣਾ ਜੀ। ਉਸ ਤੋਂ ਇੱਕ ਮੁਰੱਬਾ ਹਟ ਗਈ ਸੀ ਸਾਡੇ ਪਿੰਡ ਦੇ, ਜਿੱਥੇ ਜਲਾਹੇ ਤੇ ਸੈਯਦ ਰਹਿੰਦੀ ਸੀ ਉਹ ਬਸਤੀ ਸੀ। ਇੱਕ ਮੁਰੱਬਾ ਹਟ ਮੇ ਜਿਹੜੇ ਸਾਡੇ ਉਹਨਾਂ ਅਸੀਂ ਚਮਿਆਰ ਕਹਿੰਦੇ ਸੀ, ਅਸਾਈ ਲਾ ਲਾ, ਇਹ ਸਾਡੇ ਪਿੰਡ ਦੀ ਆਬਾਦੀ ਸੀ। ਸਾਡੇ ਇਰਦ ਗਿਰਦ ਸੀ ਚੱਕ ਦਾਦੀਆਂ, ਗਰਬੀ ਸਾਈਡ ਸੀ ਸਾਤੋਂ ਸੀ ਥਾਣਾ ਆਪਣਾ ਗਰਦੀ ਵਾਲਾ, ਖਾਲਸਾ ਹਾਈ ਸਕੂਲ। ਅੱਛਾ, ਇਸ ਤਰ੍ਹਾਂ ਨਾਲ ਭੰਬੋਵਾਲ ਸੀ। ਅੱਛਾ, ਉਹਦੇ ਨਾਲ ਖਬਰ ਪਡੋਰੀ ਸੀ। ਅੱਛਾ, ਸ਼ੇਖਾਂ ਸੀ, ਕਕਰਾਲੀ ਸੀ ਜੀ, ਇਹ ਸਾਡੇ ਨਾਲ ਆਲਦਲ ਪਡੋਹੀ ਬਰੂਹੀ ਸੀ, ਪਟੋਲੀ ਸੀ, ਕਾਫੀ ਚੱਕ ਚਿੜਵਾਣਾ ਸੀ, ਇਹ ਸਾਰੀਆਂ ਆਬਾਦੀਆਂ ਇਰਦ ਗਿਰਦ ਸਾਡੀ। ਅੱਛਾ, ਜੋ ਐਲਾਨ ਹੋਇਆ ਕਿ ਮਤਲਬ ਹਿਜਰਤ ਕਰ ਜਾਓ ਉਧਰ ਪਾਕਿਸਤਾਨ ਨਾਲ, ਹਾਂਜੀ, ਕੀ ਉੱਥੇ ਪਿੰਡ 'ਚ ਕੀ ਸੂਰਤ ਹਾਲ ਸੀ? ਪਿੰਡ ਦੇ ਵਿੱਚ ਸੂਰਤ ਹਾਲ ਜੀ, ਬੜੇ ਖੁਸ਼ਹਾਲ ਘਰਾਣੇ 'ਚ ਰਹਿੰਦੇ ਸੀ। ਅੱਛਾ, ਔਰ ਇਲਾਕੇ ਦੇ ਵਿੱਚ ਮਸਤੀਵਾਲ ਦੀ ਚਧਾ ਸੀ। ਅੱਛਾ, ਇਲਾਕੇ ਦੇ ਵਿੱਚ ਇਲਾਕੇ 'ਚ ਕੋਈ ਫੈਸਲੇ ਜਿਹੜੇ ਹੁੰਦੇ ਸੀ ਉਹ ਅਸੀਂ ਉਹ ਆਪਣੇ ਉੱਥੇ ਬੈਠ ਕੇ ਫੈਸਲੇ ਕਰਦੇ ਸੀ। ਸਾਡੇ ਇੱਕ ਪੰਚਾਇਤ ਬਣੀ ਸਰਕਾਰੀ ਤੌਰ 'ਤੇ, ਉਹਦੇ ਵਿੱਚ ਕੋਈ ਚੇਅਰਮੈਨ ਸੀ, ਕੋਈ ਨਾਇਬ ਚੇਅਰਮੈਨ ਸੀ, ਕੁਛ ਵੱਡਾ ਸੀ, ਇਹ ਸਾਡੀ ਕਮੇਟੀ ਗੌਰਮੈਂਟ ਦੀ ਤਰਫੋਂ ਬਣੀ ਸੀ। ਉੱਥੇ ਜਿਹੜਾ ਛੋਟੇ ਮੋਟੇ ਫੈਸਲੇ ਸੀ, 3 ਮਹੀਨੇ ਤੱਕ ਸਜ਼ਾ ਵੀ ਦੇ ਸਕਦੇ ਸੀ। ਅੱਛਾ, ਔਰ ਫੈਸਲੇ ਵੀ ਅਸੀਂ ਉਸੇ ਕਰਦੇ ਸੀ, ਕਾਗਜ਼ ਥਾਣੇ 'ਚ ਜਾਂ ਤਹਿਸੀਲਾਂ ਸਾਨੂੰ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਇਹ ਸੀ ਮਸਤੀਵਾਲ ਦਾ ਲੁਬੇ ਲਬਾ। 4 ਨੰਬਰਦਾਰੀਆਂ ਸੀ ਉੱਥੇ, ਹਾਈ ਸਕੂਲ ਪਿੰਡ 'ਚ ਬਣਦਾ ਸੀ, ਕੁਛ ਛੱਤਾਂ ਪਈਆਂ ਸੀਆਂ, ਕੁਛ ਪੈਂਦੀਆਂ ਸੀਆਂ ਤੇ ਛੁੱਟੀਆਂ ਸੀਆਂ, ਉਹਨਾਂ ਛੁੱਟੀਆਂ ਦੇ ਵਿੱਚ ਇਹ ਸਾਡੇ ਨਾਲ ਗੜਬੜ ਹੋਈ। ਅੱਛਾ, ਇਹਨਾਂ ਛੁੱਟੀਆਂ 'ਚ ਅਸੀਂ ਉੱਥੋਂ ਨਿਕਲੇ ਹਾਂ। ਅੱਛਾ,
तकरीबन पहले हमले तो बाद तीन ज चार तीन महीने बाद फिर साढ़े ते हमला होया। अच्छा हमला सिखा कीता? सिखा कीता। अच्छा पहले हमले तो बाद तकरीबन तीन महीने बाद छुट्टिया दे विच। अच्छा उस वेले बारिश लगी थी। अच्छा एक हफ्ता बारिश लगी रही। ठीक जिसे बारिश हटी है अठवें दिन गालमन जुमेरा दा दिन सी। पिंड च कोई बंदा नहीं सी, अपना माल छड्या कोई पट्ठे लैन चले गया तो कोई माल छड के जंगल चले गया। जिस वेले होया ने साढ़े तीन का टाइम फिर साढ़े पिंड च हमला होया। सानू पिंड च कोई किसी पता नहीं। दूसरा तार से होया तो चार सवेरे होया ते उत्ते जहाज उन्होंने आंदिया ने पहला साढ़े पिंड दे विच अग लाई। अच्छा नाले हमला किया जिहदे विच 75 बंदे साढ़े उत्थे जिहड़े तकरीबन 60 साल तो 70 साल तो उत्ते बजुर्ग सन घरां च। हाँ जी ਉਹ ਸਨ ਉਹਨਾਂ ਨੇ ਆਪਣੀ ਜਿੰਨੀ ਕੋਸ਼ਿਸ਼ ਹੁੰਦੀ ਨੇ ਬਰਸ਼ੀਆਂ ਕੁਹਾੜੀਆਂ ਲੈ ਕੇ ਡੜੇ ਉਹਨਾਂ ਨਾਲ। ਅੱਛਾ ਸਾਡੇ ਉੱਥੇ 75 ਬੰਦੇ ਸ਼ਹੀਦ ਹੋ ਗਏ ਨੇ। ਠੀਕ ਮਸਤੀ ਵਾਲੀ ਵਿੱਚ ਉਹਨਾਂ ਨੇ ਸਾਡੇ ਇਹ ਕੀਤੀ ਉਹਨਾਂ 75 ਬੰਦਿਆਂ ਨੇ ਇੱਕ ਪਿੰਡ ਦੇ ਜਿਵੇਂ ਬੱਚੀਆਂ ਜਵਾਨ ਬੱਚੇ ਔਰਤਾਂ ਮਰਦ ਬੱਚੇ ਜਿਹੜੇ ਸੀ ਨਾ ਉਹ ਉਹਨਾਂ ਨੇ ਬਚਾਏ। ਠੀਕ ਉਹ ਜੋ ਉੱਥੇ ਬਚਾਏ ਜੈਸਾ ਹੋਏ ਤਾਂ ਉਹਨਾਂ ਨੇ ਬੱਚਿਆਂ ਨੂੰ ਲੈ ਕੇ ਮਸ਼ਰਕ ਦੀ ਸਾਈਡ ਨੂੰ ਸਾਨੂੰ ਸੀ ਚੱਕ ਦਾ। ਅੱਛਾ ਉੱਥੇ ਸਾਨੂੰ ਸਾਡੇ ਉੱਪਰਲੇ ਪਾਸੇ ਸੀਗਾ ਰਘਵਾਲ, ਸਿੱਖਾਂ ਦਾ ਪਿੰਡ ਸੀ। ਉਹਨਾਂ ਨੇ ਸਾਨੂੰ ਜਿੱਦੀ ਪੁਸੀ ਜਾਣ ਸੀ ਉਹਨਾਂ ਨੇ ਸਾਨੂੰ ਰਸਤਾ ਦੇ ਦਿੱਤਾ। ਅੱਛਾ ਅਸੀਂ ਆ ਗਏ ਚੱਕ ਦਾ ਚ, ਪਿੰਡ ਸਾਡੇ ਨੂੰ ਅੱਗ ਲਾ ਦਿੱਤੀ ਉਹਨਾਂ ਨੇ। ਅੱਛਾ ਬੰਦੇ ਸਾਡੇ ਜਿਹੜੇ ਸੀ ਸ਼ਹੀਦ ਹੋ ਗਏ, ਅਸੀਂ ਆ ਕੇ ਚੱਕ ਲਾਦੀਆਂ ਚ ਰਹੇ। ਅੱਛਾ ਦੋ ਦਿਨ ਅਸੀਂ ਉੱਤੇ ਰਹੇ ਹਾਂ, ਤੀਸਰੇ ਦਿਨ ਸਾਡੇ ਤੇ ਫਿਰ ਉੱਥੇ ਹਮਲਾ ਹੋਇਆ। ਅੱਛਾ ਚੱਕ ਲਾਦੀਆਂ ਉੱਥੇ ਫਿਰ ਸਾਡੇ ਇੱਕ ਮਾਈ ਸ਼ਹੀਦ ਹੋਈ। ਅੱਛਾ ਬਾਕੀ ਕਾਫੀ ਤੋਂ ਜ਼ਿਆਦਾ ਜਿਹੜੇ ਸਿੱਖ ਸੀ ਨਾ ਜਿਹੜੇ ਕਿ 475 ਗਿੱਦੜ ਪਿੰਡੀ ਸਮੁੰਦਰੀ ਚੋਂ, ਹਾਂਜੀ ਇੱਥੇ ਦੇ ਬਦਮਾਸ਼ ਵੀ ਸੀਗੇ। ਇਹ ਤੁਹਾਡੇ ਆਪਣੇ ਗੋਜਰੇ ਦੇ ਇਲਾਕੇ ਦੇ ਇਸ ਇਲਾਕੇ ਦੇ ਵੀ ਸੀਗੇ। ਉਹ ਮਰਿਆ ਤੇ ਸਾਨੂੰ ਪਤਾ ਲੱਗਾ, ਇੱਥੇ ਆ ਕੇ ਪਤਾ ਲੱਗਾ ਫਲਾਣੇ ਫਲਾਣੇ ਸਿੱਖ। ਅੱਛਾ ਉੱਥੋਂ ਅਸੀਂ ਰਿਆਣੇ ਉੱਠੇ ਹਾਂ, ਉੱਥੇ ਰਹੇ ਅਸੀਂ 5 ਦਿਨ। ਠੀਕ ਫਿਰ ਅਸੀਂ ਆ ਗਏ ਹੁਸ਼ਿਆਰਪੁਰ। ਅੱਛਾ ਉੱਥੇ ਹਾਈ ਸਕੂਲ ਜਿਹੜਾ ਸੀ ਨਾ, ਹਾਈ ਸਕੂਲ ਦੇ ਵਿੱਚ ਸਾਡਾ ਕੈਂਪ ਲੱਗ ਗਿਆ। ਅੱਛਾ ਉੱਥੋਂ ਅਸੀਂ ਚੱਲੇ ਹਾਂ, ਉਸ ਤੋਂ ਅੱਗੇ ਫਿਰ ਚੱਲਦੇ ਸੀ ਕੁਝ ਦਿਨ ਰਹਿ ਕੇ 8-10 ਰਹਿ ਕੇ ਫਿਰ ਅਸੀਂ ਚੱਲੇ ਹਾਂ ਜਲੰਧਰ ਵਾਲੀ ਸਾਈਡ ਨੂੰ ਤੇ ਅੱਗੇ ਨਸਰਾਲਾ। ਅੱਛਾ ਰੇਲਵੇ ਸਟੇਸ਼ਨ ਵੀ ਸੀ, ਸਕੂਲ ਵੀ ਸੀ, ਅਸੀਂ ਫਿਰ ਸਾਡਾ ਉੱਥੇ ਕੈਂਪ ਲੱਗ ਗਿਆ। ਅੱਛਾ 3 ਜਾਂ 4 ਦਿਨ ਅਸੀਂ ਉੱਥੇ ਰਹੇ। ਠੀਕ ਉੱਥੋਂ ਫਿਰ ਚੱਲੇ ਹਾਂ ਅਸੀਂ, ਫਿਰ ਆ ਗਏ ਜਲੰਧਰ ਨਗਰ ਚੂੜ ਵਾਲੀ ਮਦਾਰਾਂ। ਠੀਕ ਉੱਥੇ ਰੇਲਵੇ ਸਟੇਸ਼ਨ ਸੀ, ਚੂੜ ਵਾਲੀ ਮਦਾਰਾਂ 'ਚ ਅਸੀਂ ਆ ਕੇ ਬਹਿ ਗਏ। ਅੱਛਾ ਉੱਥੇ ਸਾਡੇ 'ਤੇ ਛੋਟੇ ਮੋਟੇ ਹਮਲੇ ਹੁੰਦੇ ਰਹੇ, ਮਗਰ ਦੁਨੀਆ ਇਤਫਾਕ ਸੀ, ਦੁਨੀਆ ਬਹੁਤ ਜ਼ਿਆਦਾ ਹੋ ਗਈ ਸੀ। ਅੱਛਾ ਯਾਨੀ ਕਿ ਜੋ ਹੁਸ਼ਿਆਰਪੁਰ ਦੇ ਉਹਦੇ ਗੱਲ ਦਾ ਇਲਾਕਾ ਉਹ ਵੀ ਰਲ ਗਿਆ, ਜਲੰਧਰ ਦਾ ਜਾਂ ਆਪਣੇ ਹਰਿਆਣੇ ਥਾਣੇ ਦਾ ਇਲਾਕਾ ਇਹ ਵੀ ਸਾਰਾ ਉੱਥੇ ਰਲ ਗਿਆ। ਠੀਕ ਮੁਸਲਮਾਨਾਂ ਦਾ ਬਹੁਤ ਬੜਾ ਤਕਰੀਬਨ 2 ਮੀਲ ਦੇ ਵਿੱਚ ਇਹਦਾ ਪੜਾਅ ਹੋ ਗਿਆ, ਕੈਂਪ ਹੋ ਗਿਆ, ਕੈਂਪ ਹੋ ਗਿਆ। ਅੱਛਾ ਜੇ ਇਹਦੇ ਚੂੜ ਵਾਲੀ ਮਜ਼ਾਰਾਂ ਆਇਆ ਤਾਂ ਉੱਥੇ ਆ ਕੇ ਬਹਿ ਗਏ ਹਾਂ। ਅੱਛਾ ਉੱਥੇ ਬਾਰਿਸ਼ ਰਹੀ 20 ਦਿਨ ਔਰ ਉੱਥੇ ਪਈ ਬਿਮਾਰੀ। ਬਿਮਾਰੀ ਦੇ ਵਿੱਚ ਆ ਕੇ ਦੁਨੀਆ ਬਹੁਤ ਮਰੀ ਉੱਥੇ। ਅੱਛਾ ਮੇਰੀਆਂ ਯਾਨੀ ਕਿ 2 ਸਿਸਟਰਾਂ ਛੋਟੀਆਂ ਮੇਰੇ ਤੋਂ ਉੱਥੇ ਫੌਤ ਹੋ ਗਈਆਂ। ਅੱਛਾ ਲੈਣ ਦੇ ਉੱਤੇ ਅਸੀਂ ਗੁਜ਼ਾਰਾ ਕੀਤਾ। ਅੱਛਾ ਮਕਾਨ ਜਿਹੜੇ ਸੀ ਉੱਥੇ ਤਕਰੀਬਨ ਕੋਈ ਗਿਰ ਗਿਆ ਸੀ, ਹਾਂਜੀ ਕੁਛ ਅਸੀਂ ਉਹਨਾਂ ਦੀਆਂ ਛੱਤਾਂ ਲਾ ਕੇ ਤੇ ਬਾਲ ਦਿੱਤੀਆਂ ਸੀ। ਅੱਛਾ ਉਸ ਤੋਂ ਬਾਅਦ ਅਸੀਂ 22 ਦਿਨ ਬਾਅਦ ਫਿਰ ਸਾਡੀ ਟ੍ਰੇਨ ਆਈ। ਅੱਛਾ ਉਹਦੇ ਸਾਨੂੰ ਬਿਠਾਇਆ ਗਿਆ। ਠੀਕ ਬਿਠਾ ਕੇ ਚੌਰੀ ਸਾਹਿਬ ਅਸੀਂ ਰਾਤ ਦਾ ਪਤਾ ਨਹੀਂ 2 ਵਜੇ ਸੀ ਜਾਂ 1 ਵਜੇ ਤਕਰੀਬਨ ਸਾਨੂੰ ਬਿਠਾਇਆ ਤੇ ਸੁਬਹ ਅਸੀਂ 6 ਵਜੇ ਲਾਹੌਰ ਬਦਾਮੀ ਬਾਗ ਸਟੇਸ਼ਨ ਤੇ ਸਾਨੂੰ ਉਤਾਰੇ। ਠੀਕ ਇੱਥੇ ਆ ਕੇ ਫਿਰ ਜਿੱਥੇ ਕਿਸੇ ਦਾ ਕਬਾਦੀ ਜਿਹਦੇ ਨੂੰ ਕਹਿੰਦਾ ਲੈਂਕ ਸੀ ਉਹਦੇ ਨੂੰ। ਅੱਛਾ ਇੱਥੇ ਸਾਡਾ ਹੈਪੀ ਹਿਲਾ ਬਾਗ ਦਾ। ਅੱਛਾ ਮੋੜ ਕੇ ਤੁਸੀਂ ਅੱਗੇ ਇੱਥੇ ਆਏ ਕੋਰੀਆਂ ਦੇ ਸਿੱਧੇ? ਨਹੀਂ ਅਸੀਂ ਆ ਗਏ ਜਨਾਬ ਉਸਲੇ ਤੇ ਆਏ ਆ, ਆ ਕੇ ਪਹਿਲੇ ਅਸੀਂ ਬੈਠੇ ਆ ਚੱਕ ਨੰਬਰ 133 ਗਾਹਵੇ ਪਨਵਾ
ਨਾਲ ਨਵਾਡਕੋਟ ਦੇ ਨਾਲ ਕੋਟ ਦੇ ਨਾਲ ਅਸੀਂ ਉੱਥੇ ਰਹੇ ਠੀਕ ਉੱਥੇ ਅਸੀਂ ਰਹੇ ਆ 4 ਸਾਲ ਠੀਕ ਫਿਰ 4 ਸਾਲ ਤੋਂ ਬਾਅਦ ਉਹ ਜ਼ਮੀਨ ਜਿਹੜੀ ਸੀ ਉਹ ਸ਼ੋਰ ਹੋ ਗਈ ਸੀ ਕਲਰ ਹੋ ਗਈ ਸੀ ਅੱਛਾ ਅਸੀਂ ਕੋਸ਼ਿਸ਼ ਕੀਤੀ ਕਿ ਸਾਨੂੰ ਕੋਈ ਜਗ੍ਹਾ ਹੋਰ ਮਿਲ ਜਾਏ ਅਸੀਂ ਆ ਕੇ 362 ਦੇ ਵਿੱਚ ਕਲੇਮ ਲਿਆਂਦੇ ਅੱਛਾ